ਕਾਲੇ ਦਿਨ ਗੁਰਾਂ ਖਾਲਸਾ ਸਜਾਇਆ ਸੀ, ਉਸੇ ਦਿਨ ਚਿੜੀਆਂ ਤੋਂ ਬਾਜ ਤੜਵਾਇਆ ਸੀ, ਉਸੇ ਦਿਨ ਚਿੜੀਆਂ ਤੋਂ ਬਾਜ ਤੜਵਾਇਆ ਸੀ। ਅੰਮ੍ਰਿਤ ਪੀ ਕੇ ਸੁੱਤੀ ਜਾਗਦੀ ਜ਼ਮੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ। ਟੋਟੇ ਟੋਟੇ ਹੋਏ ਕਦੇ, ਟੋਟੇ ਟੋਟੇ ਹੋਏ ਕਦੇ ਸਾਡੀਆਂ ਭਰਾਵਾਂ ਦੇ, ਵੇਖੋ ਕਿੱਡੇ ਹੌਸਲੇ ਸੀ ਸਾਡੀਆਂ ਉਹ ਮਾਵਾਂ ਦੇ, ਵੇਖੋ ਕਿੱਡੇ ਹੌਸਲੇ ਸੀ ਸਾਡੀਆਂ ਉਹ ਮਾਵਾਂ ਦੇ। ਉਹ ਨੇਜਿਆਂ ਤੇ ਟੰਗੇ ਸੋਲ ਫੁੱਲਾਂ ਤੋਂ ਸਰੀਰ ਹੈ, ਨੇਜਿਆਂ ਤੇ ਟੰਗੇ ਸੋਲ ਫੁੱਲਾਂ ਤੋਂ ਸਰੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ। ਉਹ ਜੱਲਿਆਂ ਦੇ ਬਾਗ ਵਿੱਚ ਗੋਲੀਆਂ ਦੇ ਦਾਗ ਨੇ, ਜਿਹੜੀ ਥਾਂ ਪੰਜਾਬਾਂ ਦੇ ਉਜੜੇ ਸੁਹਾਗ ਨੇ, ਜਿਹੜੀ ਥਾਂ ਪੰਜਾਬਾਂ ਦੇ ਉਜੜੇ ਸੁਹਾਗ ਨੇ। ਓਏ ਕੀ ਸਾਲੀ ਵੈਰ ਲੈਂਦਾ ਊਧਮ ਸਿੰਘ ਵੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ। ਓ ਆਪਸ ਦੇ ਵਿੱਚ ਵੀਰੋ, ਆਪਸ ਦੇ ਵਿੱਚ ਵੀਰੋ ਸਦਾ ਹੀ ਪਿਆਰ ਰੱਖੋ, ਬੱਚਿਆਂ ਦੇ ਸਿਰਾਂ ਉੱਤੇ ਕਾਇਮ ਦਸਤਾਰ ਰੱਖੋ, ਬੱਚਿਆਂ ਦੇ ਸਿਰਾਂ ਉੱਤੇ ਕਾਇਮ ਦਸਤਾਰ ਰੱਖੋ। ਓ ਸਾਂਵਲੇ ਅਮਰੀਏ ਤਾਂ ਕੀਮਤੀ ਜਗੀਰ ਹੈ, ਸਾਂਵਲੇ ਅਮਰੀਏ ਤਾਂ ਕੀਮਤੀ ਜਗੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ। ਇਹ ਅਮੀਰ ਵਿਰਸੇ ਦੀ ਗੱਲ ਕਰਨ ਵਾਸਤੇ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਦੇ ਵੀਰ ਜਿਹੜੇ ਨੇ ਉਹ ਕੈਨੇਡਾ ਦੀ ਧਰਤੀ ਤੋਂ ਚੱਲੇ ਨੇ। ਸੋ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਦੀਆਂ ਸੰਗਤਾਂ ਵੱਲੋਂ ਸਾਰੇ ਹੀ ਵੀਰਾਂ ਦਾ ਹਾਰਦਿਕ ਧੰਨਵਾਦ, ਜੀ ਆਏ ਆਖਿਆ ਜਾਂਦਾ ਹੈ। ਅਸੀਂ ਅਰਦਾਸ ਕਰਦੇ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀਓ ਕਿਰਪਾ ਕਰਨੀ ਰਹਿੰਦੇ ਕਾਰਜਾਂ ਵਿੱਚ ਆਵਰਤ ਕਰਕੇ ਪਾਤਸ਼ਾਹ ਜੀਓ ਯਾਤਰਾ ਸਫਲ ਬਣਾਉਂਦੇ ਹੋਏ ਇਹਨਾਂ ਕਾਰਜਾਂ ਨੂੰ ਤੁਸੀਂ ਆਪ ਕਿਰਪਾ ਕਰਕੇ ਸਫਲ ਬਣਾਉਣਾ, ਚੜ੍ਹਦੀ ਕਲਾ ਕਰਨੀ ਇਹਨਾਂ ਕੁਝ ਕਹਿੰਦੇ ਹੋਏ ਦਾਸ ਖਿਮਾ ਦੇ ਜਾਚਕ ਹਾਂ। ਫਿਰ ਇੱਕ ਵਾਰੀ ਅਸੀਂ ਸਤਿਕਾਰਯੋਗ ਵੀਰ ਅਮੀਰ ਖਾਨ ਜੀ ਜਿਨ੍ਹਾਂ ਨੇ ਇਹ ਬੱਸ ਦੀ ਸੇਵਾ ਅਤੇ ਛੋਟੀ ਗੱਡੀ ਦੀ ਸੇਵਾ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਪਿਆਰ ਜਤਾਉਂਦਿਆਂ ਹੋਇਆਂ ਪਿਆਰ ਕਰਦਿਆਂ ਹੋਇਆਂ ਇਹ ਸੇਵਾ ਕੀਤੀ ਹੈ, ਅਸੀਂ ਸਾਰੇ ਹੀ ਸੰਗਤ ਵੱਲੋਂ ਸਾਰੇ ਹੀ ਫਾਊਂਡੇਸ਼ਨ ਵੱਲੋਂ ਉਹਨਾਂ ਦਾ ਹਾਰਦਿਕ ਧੰਨਵਾਦ ਕੀਤਾ ਜਾਂਦਾ ਹੈ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਅੱਜ ਤੁਸੀਂ ਸਾਡਾ ਬਹੁਤ ਬਹੁਤ ਮਨ ਖੁਸ਼ ਕਰ ਦਿੱਤਾ ਭਾਈ ਸਾਹਿਬ ਹੋਣਾ ਨੇ ਕਵੀਸ਼ਰੀ ਗਾ ਕੇ ਕਿ ਆਪਣੇ ਵਿਰਸੇ ਨੂੰ ਕਿਵੇਂ ਸੰਭਾਲਣਾ, ਇੱਕ ਸੁਨੇਹਾ ਆ, ਅਸੀਂ ਵੀ ਇੱਕ ਸੁਨੇਹਾ ਦੇ ਰਹੇ ਹਾਂ ਵਰਲਡ ਪੀਸ ਦੇ ਵਿੱਚ ਜਿਹੜੇ ਨਿਕਲੇ ਹਾਂ ਅਤੇ ਨਿਕਲ ਕੇ ਗਾਹਾਂ ਤੇ ਗਾਹਾਂ ਜਾਂਦੇ ਜਾਂਦੇ ਸਵਿਟਜ਼ਰਲੈਂਡ ਹੋਰ ਦੇਸ਼ਾਂ ਵਿੱਚ ਵੀ ਜਾਂਦੇ ਹੋਏ, ਇਸੇ ਤਰ੍ਹਾਂ ਮੈਂ ਆਸ ਕਰਦਾ ਕਵੀਆਂ ਦੇ ਅੱਗੇ ਅਤੇ ਕੁਛ ਕੁ ਲਿਖਾਰੀਆਂ ਦੇ ਅੱਗੇ ਵੀ ਆਪਣੀਆਂ ਕਲਮਾਂ ਚੁੱਕੋ। ਇਹ ਵਕਤ ਆ ਗਿਆ 550 ਸਾਲ ਦਾ ਉੱਤੇ
ਤਾਂ ਕਿ ਅਸੀਂ ਆਪਣੀਆਂ ਆਵਾਜ਼ਾਂ ਨੂੰ ਬੁਲੰਦ ਕਰੀਏ ਜਗ੍ਹਾ ਜਗ੍ਹਾ ਦੇ ਉੱਤੇ, ਜਾ ਕੇ ਆਪਣੇ ਗੁਰੂ ਦਾ ਨਾਮ ਜਿਹੜਾ ਉਹ ਰੋਸ਼ਨ ਕਰੀਏ, ਬਣਦੇ ਜਾਈਏ, ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਸੋ ਮੇਰੇ ਵੱਲੋਂ ਅਤੇ ਸਾਡੀ ਟੀਮ ਵੱਲੋਂ ਭਾਈ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।